चैनल C5 ਦੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਬੁਲਟ ਟੂ ਬੁਲਟ ਦੀ ਟੀਮ ਸਰਦਾਰਤਿੰਦਰਪਾਲ ਸਿੰਘ ਜੀ ਦੇ ਨਾਲ ਤੁਹਾਡੇ ਰੂਬਰੂ ਹੋ ਚੁੱਕੀ ਹੈ ਆਓ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ ਫਿਰ ਸਵਾਲਾਂ ਦੇ ਸਿਲਸਿਲਾ ਅੱਗੇ ਲੈ ਕੇ ਚੱਲਦੇ ਹਾਂ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰਦਾਰਤਿੰਦਰਪਾਲ ਸਿੰਘ ਜੀ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਮਾੜੀ ਇੱਕ ਖਬਰ ਹੈ ਜੀ ਬਹੁਤ ਵੱਡੀ ਜਿਹਦਾ ਸੰਸਾਰ ਪੱਧਰ ਤੇ ਉਸ ਨੂੰ ਸੋਗ ਮਨਾਇਆ ਜਾ ਰਿਹਾ ਜੀ ਕਿ ਤੁਰਕੀ ਅਤੇ ਸੀਰੀਆ ਦੇ ਵਿੱਚ ਭੂਚਾਲ ਇੰਨਾ ਭਾਰਾ ਆਇਆ ਸੁਣਨ 'ਚ ਆਇਆ ਕਿ 568 ਦੇ ਕਰੀਬ ਹੁਣ ਤੱਕ ਮੌਤਾਂ ਹੋ ਚੁੱਕੀਆਂ ਨੇ ਤੁਸੀਂ ਇਸ ਕੁਦਰਤੀ ਘਟਨਾ ਨੂੰ ਕਿਵੇਂ ਲੈਂਦੇ ਹੋ ਕਿਵੇਂ ਦੇਖਦੇ ਹੋ ਦਰਅਸਲ ਤਾਂ ਇਹ ਕੁਦਰਤ ਦੇ ਵਰਤਾਰੇ ਨੇ ਜੀ ਜ਼ਮੀਨ ਹੇਠਲੇ ਜਿਹੜੇ ਚੇਂਜੇ ਜਾਂਦੇ ਨੇ ਉਹ ਭੂਚਾਲ ਲਿਆਉਂਦੇ ਨੇ 7.8 ਡਿਗਰੀ ਦਾ ਇਹ ਭੂਚਾਲ ਦੱਸਿਆ ਗਿਆ ਜਿਹਨੇ ਲਗਭਗ 3000 ਦੇ ਕਰੀਬ ਮਕਾਨ ਤੁਰਕੀ ਸੀਰੀਆਈ 'ਚ ਤੋੜ ਦਿੱਤੇ ਨੇ ਬਿਲਡਿੰਗਾਂ ਡਿੱਗ ਗਈਆਂ ਨੇ 600 ਤੋਂ ਵੱਧ ਜਿਵੇਂ ਤੁਸੀਂ 568 ਕਿਹਾ 600 ਦੇ ਵੱਧ ਕਈ ਚੈਨਲ ਦੱਸ ਰਹੇ ਨੇ ਖਬਰਾਂ ਨਿਊਜ਼ ਏਜੰਸੀਆਂ ਦੱਸ ਰਹੀਆਂ ਨੇ ਕਿ ਮੌਤਾਂ ਹੋ ਗਈਆਂ ਨੇ ਸਾਡੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਕਿਹਾ ਕਿ ਬਈ ਅਸੀਂ ਵੀ ਉੱਥੇ ਰਾਹਤ ਟੀਮ ਭੇਜ ਰਹੇ ਹਾਂ ਅਤੇ ਇਹ ਇੱਕ ਮਨੁੱਖੀ ਕਾਨ ਹੈ ਕੁਦਰਤ ਦੇ ਵਰਤਾਰੇ ਵਿੱਚੋਂ ਇਸ ਵਿੱਚ ਵੀ ਕਿਤੇ ਨਾ ਕਿਤੇ ਮਨੁੱਖ ਦਾ ਆਪਣੀ ਹਿੱਸੇਦਾਰੀ ਵੀ ਹੈ ਕਿਉਂਕਿ ਜਿਹੜੀ ਬੈਲਟ ਪਹਿਲਾਂ ਤੋਂ ਹੀ ਕੁਦਰਤ ਨੇ ਭੂਕੰਪ ਵਾਲੀ ਬਣਾ ਦਿੱਤੀ ਹੈ ਚੁਣ ਲਈ ਹੈ ਉਸ 'ਤੇ ਮਨੁੱਖਾਂ ਨੂੰ ਵੀ ਚਾਹੀਦਾ ਕਿ ਥੋੜ੍ਹਾ ਜਿਹਾ ਪਾਸੇ ਰਿਹਾ ਕਰਨ ਪਰ ਮਨੁੱਖ ਹੁਣ ਲੋੜੋਂ ਵੱਧ ਸਿਆਣਾ ਹੋ ਗਿਆ ਅਤੇ ਉਹ ਕੁਦਰਤ ਨੂੰ ਜਿੱਚ ਕਰਦਾ ਕੁਦਰਤ ਫਿਰ ਆਪਣੇ ਕ੍ਰਿਸ਼ਮੇ ਦਿਖਾਉਂਦੀ ਹੈ ਇਸ 'ਤੇ ਸਿੱਖ ਕੌਮ ਨੂੰ ਪੰਜਾਬ ਨੂੰ ਅਤੇ ਸਾਡੇ ਚੈਨਲ C5 ਨੂੰ ਬਹੁਤ ਜ਼ਿਆਦਾ ਅਫਸੋਸ ਹੈ ਅਤੇ ਅਸੀਂ ਸੀਰੀਆ ਅਤੇ ਤੁਰਕੀ ਦੇ ਸ਼ਹੀਦ ਹੋਏ ਨਾਗਰਿਕਾਂ ਨਾਲ ਜਿਹੜੇ ਕੁਦਰਤੀ ਵਰਤਾਰੇ 'ਚ ਮਾਰੇ ਗਏ ਨੇ ਉਹਨਾਂ ਨਾਲ ਅਸੀਂ ਆਪਣਾ ਦੁੱਖ ਸਾਂਝਾ ਕਰਦੇ ਹਾਂ ਜੀ ਬਿਲਕੁਲ ਸਰਦਾਰਤਿੰਦਰਪਾਲ ਸਿੰਘ ਜੀ ਹਰਿਆਣੇ 'ਚ ਵੱਖਰੀ ਆਪਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੋਂ ਦੀ ਸਰਕਾਰ ਨੇ ਬਣਾਈ ਸੀ ਫਿਰ ਇਹਦੀ ਨਜ਼ਰਸਾਨੀ ਪਟੀਸ਼ਨ ਪਾ ਦਿੱਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀ ਹੈ ਜੀ ਹੁਣ ਤੁਹਾਨੂੰ ਲੱਗਦਾ ਜੀ ਕਿ ਅਗਲੇ ਹਾਲਾਤ ਕੀ ਹੋ ਸਕਦੇ ਨੇ ਅਗਲੇ ਹਾਲਾਤਾਂ ਦਾ ਹਾਲੇ ਕੁਛ ਨਹੀਂ ਪਤਾ ਜੀ ਕਿ ਕੀ ਹੋਣਗੇ ਕਿਉਂਕਿ ਜਿਸ ਵੇਲੇ ਸੁਪਰੀਮ ਕੋਰਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਜ਼ਰੀਏ ਨੂੰ ਖਾਰਜ ਕਰ ਦਿੱਤਾ ਅਤੇ ਉਸਦਾ ਮਤਲਬ ਫਿਰ ਸਿੱਧੀ ਜਿਹੀ ਕਹਾਣੀ ਇਹੀ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲੀਗਲੀ ਸਥਾਪਿਤ ਹੋ ਚੁੱਕੀ ਹੈ ਹੁਣ ਜੇ ਉਹ ਲੀਗਲੀ ਸਥਾਪਿਤ ਹੋ ਚੁੱਕੀ ਹੈ ਤਾਂ ਗੁਰਦੁਆਰਾ ਪ੍ਰਬੰਧ ਉਹਨੂੰ ਕਿਵੇਂ ਟ੍ਰਾਂਸਫਰ ਹੋਵੇਗਾ ਅਗਲਾ ਪੜਾਅ ਇਸਦਾ ਹੈਗਾ ਠੀਕ ਹੈ ਖੱਟਰ ਸਾਹਿਬ ਨੇ 41 ਮੈਂਬਰੀ ਆਪਣੇ ਨਾਮਜ਼ਦ ਕਰਕੇ ਮਹੰਤ ਮਨਜੀਤ ਸਿੰਘ ਨੂੰ ਉਹਨਾਂ ਨੇ ਪ੍ਰਧਾਨ ਬਣਾ ਦਿੱਤਾ ਚੀਂਡਾ ਅਤੇ ਨਲਵੀ ਸਾਹਿਬ ਪਾਸੇ ਹੋ ਗਏ ਦਾਦੂਵਾਲ ਸਾਹਿਬ ਵੀ ਪਾਸੇ ਹੋ ਗਏ ਇਹ ਸਾਰੀਆਂ ਗੱਲਾਂ ਆਪੋ ਆਪਣੀ ਥਾਂ 'ਤੇ ਬਰਕਰਾਰ ਨੇ ਪਰ ਮੌਜੂਦਾ ਪ੍ਰਬੰਧ ਜਿਹੜਾ ਕਿ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥ 'ਚ ਹੈ ਕੇਵਲ ਇੱਕ ਗੁਰਦੁਆਰਾ ਜਿਹੜਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਕਬਜ਼ੇ 'ਚ ਲਿਆ ਹੋਇਆ ਬਾਕੀ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਦੀ ਤਰੀਕ ਤੱਕ ਕਰਦੀ ਪਈ ਹੈ ਉਹਨਾਂ ਦੇ ਉੱਥੇ ਮੁਲਾਜ਼ਮ ਨੇ ਔਰ ਸਾਰਾ ਵਿਧਾਨਕ ਸਿਸਟਮ ਉਹਨਾਂ ਦੇ ਅਧੀਨ ਚੱਲਦਾ ਪਿਆ ਇਸ ਦੇ ਕਈ ਹਲੇ ਕਾਨੂੰਨੀ ਪੜਾਅ ਨੇ ਕਿਉਂਕਿ ਪ੍ਰਬੰਧ ਨੂੰ ਕਿਵੇਂ ਚੇਂਜ ਕੀਤਾ ਜਾਏਗਾ ਫਿਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਹੋਣਗੀਆਂ ਕਿ ਨਹੀਂ ਹੋਣਗੀਆਂ ਜਨਰਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਵੀ ਕਹਿ ਸਕਦੀ ਹੈ ਕਿ ਜਦੋਂ ਜਨਰਲ ਬਾਡੀ ਚੁਣੀ ਜਾਏਗੀ ਅਸੀਂ ਉਹਦੇ ਨਾਲ ਗੱਲਬਾਤ ਕਰਾਂਗੇ ਅਸੀਂ ਅਡਾਕ ਬਾਡੀ ਨਾਲ ਗੱਲਬਾਤ ਨਹੀਂ ਕਰਦੇ ਅਜਿਹੀਆਂ ਕਈ ਟੁੱਚਰਾਂ ਨੇ ਹਲੇ ਪਰ ਇੱਕ ਚੀਜ਼ ਬਿਲਕੁਲ ਫਾਈਨਲ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਖਤਿਆਰੀ ਗੁਰਦੁਆਰਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰ ਖੇਤਰ ਤੋਂ ਅੱਡ ਕਰ ਦਿੱਤਾ ਗਿਆ ਹੈ ਜੁਦਾ ਹੋ ਗਏ ਨੇ ਅਤੇ ਉਹ ਹੁਣ ਪ੍ਰਬੰਧਕ ਕਿਵੇਂ ਪ੍ਰਬੰਧ ਸੰਭਾਲਣਗੇ ਕਾਨੂੰਨੀ ਪੈਤਰੇ ਕੀ ਹੋਣਗੇ ਇਹ ਗੱਲਾਂ ਬਾਕੀ ਰਹਿ ਗਈਆਂ ਨੇ ਇਸ ਮਾਮਲੇ ਦੇ ਵਿੱਚ ਪਾਰਲੀਮੈਂਟ ਦਾ ਵੀ ਕੋਈ ਰੋਲ ਹੋ ਸਕਦਾ ਜੀ ਕਿ ਉੱਥੇ ਕਿਉਂਕਿ ਮੁੱਦਾ ਤਾਂ ਸੰਵਿਧਾਨਕ ਹੈ ਨਾ ਜੀ
नहीं जी, यह मुद्दा संवैधानिक नहीं है, बड़ी अफसोसनाक गल है कि श्रोमणी गुरुद्वारा प्रबंधक कमेटी नूं संवैधानिक मानता नहीं है, कानूनी मानता है। अच्छा जी, हाँ जी, यह भी बहुत घट लोग जानते हैं। बोर्ड है, बोर्ड कानूनी तौर पर बनते ने, संवैधानिक तौर पर नहीं बनते। तो पार्लियामेंट ऐसी अपना कोई भी हिस्सेदारी या अख्तियार या दखलअंदाजी नहीं करेगी जी। हुण तक तो वैसे यही सुनते हैं जी कि श्रोमणी गुरुद्वारा प्रबंधक कमेटी है तो पार्लीमेंट के बकायदा पास होया तो इन सिखा की मिनी पार्लीमेंट कहा जाता है, तुसी स्पष्ट किया। सिख अपने आप नूं आप ही वड़ियाई जांदे ने जी। सिखां दी एक बड़ी बुरी आदत बनी हुई है, जिहड़े साडे पुराने इतिहासकारां बुद्धिजीवियां ते पढ़े लिखे जिवें कहिंदे सी ज्ञानी करतार सिंह जी, दिमाग ने कौम दा, इहो जिहे लीडरां ने कौम दे दिमाग विच जंग ला के ते एवें बुरछागर्दी वाले विचार पैदा कर दिते। असीं अपने आप नूं आप ही वड़ियाई जांदे आ। संविधानक ते विधानक पोजीशन साडी जीरो है जी। सतिंद्रपाल सिंह जी, जलंधर के लागे कस्बा पैंदा नकोदर, 1986 दे विच उत्थे एक बेअदबी कांड होया सी, उदों बरनाला साहब दी सरदार सुरजीत सिंह बरनाला उन्हां दी हुकूमत हुंदी सी, उत्थे रोस प्रदर्शन होए ते 4 नौजवान मुंडियां दी उदों पुलिस दे उन्हां नूं गोलियां मार के मार दिता। अज तक 37 साल हो चले जी, कदे उहदा इंसाफ तां नहीं मिलिया, मुकदमे ही चलते पए ने। ਸੁਣਨ ਤੇ ਆਇਆ ਕਿ UNO ਤੱਕ ਵੀ ਗੱਲ ਪਹੁੰਚੀ ਸੀ, ਇਸ ਪੂਰੇ ਘਟਨਾਕ੍ਰਮ ਦੇ ਬਾਰੇ ਤੁਸੀਂ ਕੀ ਜਾਣਕਾਰੀ ਰੱਖਦੇ? 4 ਫਰਵਰੀ 1986 ਨੂੰ ਨਕੋਦਰ ਵਿਖੇ ਸਤਿਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸੀ ਜੀ। ਲਾਇਲ ਖਾਲਸਾ ਕਾਲਜ ਦੇ ਨੌਜਵਾਨ ਉੱਥੇ ਮੁਜ਼ਾਹਰਾ ਕਰ ਰਹੇ ਸੀ, ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਦੀ ਗ੍ਰਿਫਤਾਰੀ ਲਈ। ਜਿਨ੍ਹਾਂ ਨੇ ਬੇਅਦਬੀ ਕੀਤੀ ਸੀ ਉਹ ਸਾਰੇ ਨਾਮਜ਼ਦ ਹੋ ਗਏ ਸਨ, ਸਾਰਿਆਂ ਦੀ ਸ਼ਨਾਖਤ ਹੋ ਗਈ ਸੀ, ਐਸੇ 'ਚ ਕੋਈ ਦੋ ਰਾਵਾਂ ਨਹੀਂ ਨੇ। ਪਰ ਉਸ ਵੇਲੇ ਦੀ ਬਰਨਾਲਾ ਅਕਾਲੀ ਦਲ ਦੀ ਸਰਕਾਰ ਨੇ ਜੀ, ਪਰ ਉਦੋਂ ਸਿੱਖਾਂ ਦਾ ਹੀ ਕਾਨ ਕਰਵਾਇਆ ਖੁਦ ਅਕਾਲੀ ਦਲ ਦੀ ਸਰਕਾਰ ਨੇ, ਅਤੇ ਉਹਨਾਂ ਨੇ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ। ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਦੀ ਵੀ ਕੋਈ ਗ੍ਰਿਫਤਾਰੀ ਨਹੀਂ ਕੀਤੀ। ਪੁਲਿਸ ਅਫਸਰਾਂ ਨੇ ਜਿਹੜੇ ਆ ਵੀ ਇੱਕ ਟਾਈਪ ਦਾ ਨਕਲੀ ਮੁਕਾਬਲਾ ਸੀ ਜੀ, ਨਕਲੀ ਮੁਕਾਬਲੇ ਦੀ ਵੀ ਵਿਚਲੇ ਵੀ ਪੁਲਿਸ ਅਫਸਰਾਂ ਨੂੰ ਅਕਾਲੀਆਂ ਨੇ ਹੀ ਪਾਲਿਆ ਪੋਸਿਆ, ਤਰੱਕੀਆਂ ਦਿੱਤੀਆਂ ਅਤੇ ਕੋਈ ਵੀ ਕਾਰਵਾਈ ਨਹੀਂ ਕੀਤੀ। ਅਜਿਹੇ ਸਾਰੇ ਕਾਂਡ ਵਿੱਚੋਂ ਜਿਸ ਵੇਲੇ ਇਸ ਅਕਾਲੀ ਦਲ ਦਾ ਮਤਲਬ ਬਰਨਾਲਾ ਅਕਾਲੀ ਦਲ ਜੁਦਾ ਹੋਇਆ, ਬਾਦਲ ਕੇ ਅਤੇ ਕੈਪਟਨ ਕੇ ਅੱਡ ਹੋ ਗਏ, ਅਤੇ ਬਾਦਲ ਔਰ ਕੈਪਟਨ ਕਿਆਂ ਦੀ, ਬਾਦਲ ਵੀ 15 ਸਾਲ ਰਾਜ ਕਰ ਗਿਆ, ਕੈਪਟਨ ਵੀ 10 ਸਾਲ ਰਾਜ ਕਰ ਗਿਆ ਜੀ, ਉਹਨਾਂ ਨੇ ਵੀ ਨਕੋਦਰ ਕਾਂਡ ਦੇ ਇਹਨਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਨਾਮਜ਼ਦ ਦੋਸ਼ੀਆਂ ਨੂੰ, ਜਿਨ੍ਹਾਂ ਦੀ ਪਹਿਚਾਣ ਹੋ ਚੁੱਕੀ ਸੀ, ਉਹਨਾਂ ਦੇ ਮਾਮਲੇ 'ਚ ਵੀ ਕੁਛ ਨਹੀਂ ਕੀਤਾ। ਬਾਦਲ ਕਿਆਂ ਨੇ ਵੀ ਕੁਛ ਨਹੀਂ ਕੀਤਾ। ਹੁਣ ਉਸ ਕਾਂਡ ਵਿੱਚ ਭਾਈ ਰਵਿੰਦਰ ਸਿੰਘ ਰਾਮਗੜ੍ਹ, ਭਾਈ ਝਿਲਮਿਲ ਸਿੰਘ ਗੋਰਸੀਆਂ ਪਿੰਡ ਦੇ ਸੀ, ਭਾਈ ਹਰਮਿੰਦਰ ਸਿੰਘ ਰਾਏਪੁਰ ਦੇ ਸੀ, ਭਾਈ ਬਲਬੀਰ ਸਿੰਘ ਰਾਮਗੜ੍ਹ ਦੇ ਸੀ, ਇਹ ਸ਼ਹੀਦ ਹੋਏ ਸਨ। ਬਿਲਕੁਲ, ਇਹਨਾਂ ਦੇ ਪਰਿਵਾਰ ਹੀ ਇਸ ਮੁੱਦੇ ਨੂੰ ਚੁੱਕ ਰਹੇ ਨੇ, ਪੰਥ ਇਸ ਮੁੱਦੇ 'ਤੇ ਬਿਲਕੁਲ ਚੁੱਪ ਹੋ ਚੁੱਕਾ। ਜਿਵੇਂ ਬਹਿਬਲ ਕਲਾਂ ਕਾਂਡ ਅਤੇ ਕੋਟਕਪੂਰਾ ਕਾਂਡ, ਇਹਨਾਂ ਦੇ ਵੀ ਪਰਿਵਾਰ ਹੀ ਇਸ ਮੁੱਦੇ ਨੂੰ ਚੁੱਕ ਰਹੇ ਨੇ। ਪੰਥ ਹੁਣ ਪੰਥ ਦਾ ਮੱਚ ਮਰ ਚੁੱਕਾ, ਅਤੇ ਮੇਰਾ ਮੰਨਣਾ ਹੈ ਕਿ ਪਰਿਵਾਰ ਜਦੋਂ ਤੱਕ ਸੰਘਰਸ਼ ਆਰੰਭ ਹੁੰਦਾ ਅਤੇ ਜਦੋਂ ਪੰਥ ਸੰਘਰਸ਼ ਆਰੰਭ ਕਰਦਾ, ਉਹਦੇ ਵਿੱਚ ਇਹੀ ਸੱਤਾਧਾਰੀ ਲੋਕ ਘੁਸਪੈਠ ਕਰਦੇ ਨੇ, ਸੰਘਰਸ਼ ਨੂੰ ਤਾਰ ਪੀਡੋ ਕਰ ਜਾਂਦੇ ਨੇ, ਅਤੇ ਫਿਰ ਸ਼ਹੀਦ ਪਰਿਵਾਰਾਂ ਨੂੰ ਖਰੀਦ ਲੈਂਦੇ ਨੇ, ਅਤੇ ਉਹ ਫਿਰ ਇਹਨਾਂ ਦੇ ਹੀ ਟੇਡੇ ਚੜ ਜਾਂਦੇ ਨੇ। ਹੁਣ ਨਕੋਦਰ ਕਾਂਡ ਨੂੰ SGPC ਨੇ ਵੀ ਮਨਾਇਆ, ਨਕੋਦਰ ਵਿੱਚ ਵੀ ਮਨਾਇਆ ਗਿਆ, ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ। ਹੁਣ ਪਰਿਵਾਰਾਂ ਨੂੰ ਲਿਜਾ ਕੇ ਸਰੋਪੇ ਵੀ ਆ ਦੇ ਦਿੰਦੇ ਨੇ। ਇੱਥੇ ਆ ਕੇ ਸੰਘਰਸ਼ੀ ਪਰਿਵਾਰਾਂ ਨੂੰ ਅਤੇ ਸੰਘਰਸ਼ੀ ਸਿੱਖਾਂ ਨੂੰ, ਜਿਹੜੇ ਸੰਘਰਸ਼ ਦੀ ਹਿਮਾਇਤ 'ਚ ਖੜ੍ਹੇ ਨੇ ਸਿੱਖ,
ਉਹਨਾਂ ਨੂੰ ਕੁਛ ਬੜੇ ਹੀ ਠੋਸ ਨਿਰਣੇ ਕਰਨੇ ਪੈਣੇ ਨੇ। ਹਾਂ, ਉਹ ਵੀ ਬਿਨ ਪੈਂਦੇ ਦੇ ਲੋਟੇ ਹੋ ਗਏ ਨੇ ਕਿ ਜਿੱਧਰ ਮਰਜ਼ੀ ਘੁਮਾਈ ਜਾ ਘੁੰਮੀ ਜਾਂਦੇ ਨੇ। ਉਹਨਾਂ ਨੂੰ ਵੀ ਨਿਧੜਕ ਹੋ ਕੇ ਫੈਸਲੇ ਲੈਣੇ ਚਾਹੀਦੇ ਨੇ ਕਿ ਜਿਨ੍ਹਾਂ ਨੇ ਉਹਨਾਂ ਦੀ ਕਦੇ ਬਾਹੀ ਨਹੀਂ ਫੜੀ, ਜਿਨ੍ਹਾਂ ਨੇ ਸੱਤਾ ਵਿੱਚ ਆ ਕੇ ਵੀ ਉਹਨਾਂ ਨਾਲ ਇਨਸਾਫ ਨਹੀਂ ਕੀਤਾ, ਉਹਨਾਂ ਨੂੰ ਤਿਆਗ ਦੇਣਾ ਚਾਹੀਦਾ ਅਤੇ ਪੰਥ ਨੂੰ ਵੀ ਕਾਲ ਦੇਣੀ ਚਾਹੀਦੀ ਹੈ ਕਿ ਵੀ ਇਹੋ ਜਿਹੇ ਸਾਰੇ ਸਿਆਸੀ ਲੀਡਰ, ਸਰਕਾਰਾਂ, ਅਹੁਦੇਦਾਰ ਪੰਥ ਦਰਕਿਨਾਰ ਕਰੇ ਅਤੇ ਉਹਨਾਂ ਨੂੰ ਸਰੋਪੇ ਲੈਣ ਜਾਣਾ ਵੀ ਨਹੀਂ ਚਾਹੀਦਾ। ਬਿਲਕੁਲ, ਉਦੋਂ ਤੱਕ ਇਹਨਾਂ ਮੁੱਦਿਆਂ ਦਾ ਕੋਈ ਹੱਲ ਨਹੀਂ ਜੇ ਨਿਕਲਣਾ। ਤੁਸੀਂ ਤਾਂ ਨਕੋਦਰ ਕਾਂਡ ਦੀ ਗੱਲ ਕਰਦੇ ਹੋ, ਹਾਲੇ ਤੱਕ ਤਾਂ ਤੀਜੇ ਘੱਲੂਘਾਰੇ ਦੇ ਕੋਈ ਫੈਸਲੇ ਨਹੀਂ ਹੋ ਪਾਏ। ਇਹ UNO ਦੇ ਵਿੱਚ ਵੀ ਗਿਆ ਸੀ ਮਸਲਾ ਜੀ ਕਿ ਵੈਸੇ ਜੀ ਉਹ ਸਾਰੀਆਂ ਝੂਠੀਆਂ ਗੱਲਾਂ ਨੇ ਜੀ, ਕੁਛ ਨਹੀਂ ਹੋਇਆ। ਇੱਕ ਸਰਦਾਰ ਤਿੰਦਰਪਾਲ ਸਿੰਘ ਜੀ, ਇਸੇ ਸਵਾਲ ਦੇ ਨਾਲ ਇੱਕ ਜੁੜਦਾ ਹੋਰ ਸਵਾਲ ਹੈ ਜੀ। ਇਹ ਦੱਸਿਓ ਕਿ ਮਾਮਲਾ ਹੈ ਸੁਰਜੀਤ ਸਿੰਘ ਬਰਨਾਲਾ ਸਰਕਾਰ ਦੇ ਵੇਲੇ ਦਾ, ਉਦੋਂ ਬਾਅਦ ਉਹ ਵੀ ਆਪਣਾ ਜਿੰਨਾ ਕੁ ਉਹਨਾਂ ਨੇ ਸਾਲ ਰਹਿੰਦੇ ਇਹ ਹੰਢਾਏ, ਚਲੋ ਅਸੀਂ ਬੇਅੰਤ ਸਿੰਘ ਸਰਕਾਰ ਨੂੰ ਤਾਂ ਵਿੱਚ ਲੈਂਦੇ ਹੀ ਨਹੀਂ, ਪੰਥਕ ਸਰਕਾਰ ਸੀ ਬਾਦਲ ਸਰਕਾਰ, ਦੋ ਵਾਰੀ ਇਹ ਰਹੇ ਉਹਨਾਂ ਦੇ ਨਾਲ ਆਪਣਾ ਸੁਖਬੀਰ ਸਿੰਘ ਬਾਦਲ ਰਹੇ। ਹੁਣ ਇਹ ਜਿਹੜੇ ਇੰਨੇ ਕੁ ਜਾਣੇ ਨੇ, ਇਹ ਅੰਦਰੋਂ ਕੋਈ ਇਨਸਾਫ ਕਰਨਾ ਵੀ ਚਾਹੁੰਦੇ ਸੀ? ਜੇ ਕਰਨਾ ਚਾਹੁੰਦੇ ਸੀ ਤਾਂ ਇਹਨਾਂ ਨੂੰ ਰੋਕਦਾ ਕੌਣ ਸੀ, ਜਾਂ ਦਿਲੋਂ ਹੀ ਨਹੀਂ ਸੀ ਕਰਨਾ ਚਾਹੁੰਦੇ? ਇਹ ਅਸਲ ਦੇ ਵਿੱਚ ਮਾਨਸਿਕਤਾ ਹੈ ਕਿ ਜੇ ਇਹਨਾਂ ਲੀਡਰਾਂ ਦੀ ਸਿੱਖ ਸਿੱਖ ਨੂੰ ਮਰਵਾ ਕੇ ਸੱਤਾ ਹੀ ਚਾਹਣਾ ਚਾਹੁੰਦਾ ਤੇ ਫਿਰ ਜਜ਼ਬਾਤੀ ਬਣਾ ਕੇ ਵੋਟਾਂ ਬਟੋਰਦਾ, ਬਸ ਇਹੀ ਮਾਨਸਿਕਤਾ ਜੀ। ਇਹਨਾਂ ਨੇ ਸਿੱਖਾਂ ਦਾ ਦਿਲੋਂ ਕਾਨ ਕਰਵਾਇਆ, ਢਿੱਡ ਤੋਂ ਕਾਨ ਕਰਵਾਇਆ, ਮਿੱਥ ਕੇ ਕਾਨ ਕਰਵਾਇਆ, ਤੇ ਇਹਨਾਂ ਤੋਂ ਅਸੀਂ ਇਨਸਾਫ ਕੀ ਪਾਲਦੇ ਹਾਂ। ਬਲਾਤਕਾਰੀ ਸਿਰਸੇ ਵਾਲੇ ਸਾਹਿਬ ਦੀ ਗੱਲ ਕਰ ਲੈਂਦੇ ਹਾਂ ਜੀ, ਉਹ ਤਾਂ ਹੁਣ ਗੱਲਾਂ ਤਾਂ ਉਹਦੀਆਂ ਬਥੇਰੀਆਂ ਕੀਤੀਆਂ ਸੀ ਪਿਛਲੇ ਬੁਲੇਟ ਟੂ ਬੁਲੇਟ ਪ੍ਰੋਗਰਾਮਾਂ ਦੇ ਵਿੱਚ। ਅੱਜ ਜਿਹੜੀ ਤਾਜ਼ਾ ਖਬਰ ਸੀ, ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਹੋਣਾ ਨਾਲ ਮਿਹਣੋ ਮਿਹਣੀ ਹੋਏ ਹੈ ਜੀ, ਉਹ ਨਸ਼ਿਆਂ ਛਡਾਊ ਦੇ ਮਾਮਲੇ ਦੇ ਵਿੱਚ। ਖੈਰ ਉਹ ਜਿਹੜੀ ਮਿਹਣੋ ਮਿਹਣੀ ਹੋਏ ਗੱਲ, ਉਹ ਤੇ ਲੰਬੀ ਚੌੜੀ ਹੈ। ਜਿਹੜੀ ਅਗਲੀ ਗੱਲ ਨਿਖਰ ਕੇ ਸਾਹਮਣੇ ਆਈ ਹੈ ਕਿ ਇਹ ਜਿਹੜਾ ਸਰਸੇ ਵਾਲਾ ਸਾਧ ਆ ਜੀ, ਇਹ ਨਸ਼ਾ ਛਡਾਊ ਆਪਣੀ ਕਿਸੇ ਮੁਹਿੰਮ ਦੇ ਪੜਦੇ ਓਲੇ ਕੋਈ ਚੁਣੌਤੀ ਦੇਣੀ ਚਾਹੁੰਦਾ? ਬਿਲਕੁਲ ਨਹੀਂ ਜੀ, ਇਹਨੂੰ ਸਰਕਾਰ ਚੁਣੌਤੀ ਬਣਾ ਰਹੀ ਹੈ। ਅੱਛਾ ਜੀ, ਜੇ ਧਾਲੀਵਾਲ ਸਾਹਿਬ ਨੂੰ ਇੰਨੀ ਹੀ ਫਿਕਰ ਸੀ ਤੇ ਉਹਨਾਂ ਨੇ ਭਗਵੰਤ ਮਾਨ ਨੂੰ, ਕੈਬਨਿਟ ਮੰਤਰੀ ਨੇ, ਉਦੋਂ ਉਹਨਾਂ ਨੇ ਸਟੈਂਡ ਕਿਉਂ ਨਾ ਲਿਆ ਭਗਵੰਤ ਮਾਨ ਨੂੰ ਜੇ ਦੇ ਸਾਹਮਣੇ, ਜਿਸ ਵੇਲੇ ਸਲਾਬਤ ਪੂਰੇ ਹੀ ਚਾਹੀਦੀ ਆਪਣਾ ਸੋਸ਼ਲ ਮੀਡੀਆ ਰਾਹੀਂ ਸਭਾ ਕਰਵਾਈ ਗਈ ਜੀ, ਉਹਨਾਂ ਨੂੰ ਉਹੀ ਬੰਦ ਕਰਾਉਣੀ ਚਾਹੀਦੀ ਸੀ। ਉਦੋਂ ਧਾਲੀਵਾਲ ਕਿੱਥੇ ਸੀ? ਬਿਲਕੁਲ, ਅੱਜ ਮੈਂ ਨਹੀਂ ਹੋ ਰਿਹਾ, ਉਦੋਂ ਧਾਲੀਵਾਲ ਕਿੱਥੇ ਗਿਆ ਹੋਇਆ ਸੀ? ਤੇ ਇਹ ਸਾਰੇ ਮੁੱਦੇ ਸਿਰਫ ਤੇ ਸਿਰਫ ਬਲਾਤਕਾਰੀ ਅਤੇ ਕਾਤਲ ਸਾਧ ਨੂੰ ਸਿੱਖ ਵਰਸਜ ਉਭਾਰਨ ਦਾ ਇੱਕ ਢੰਗ ਤੇ ਤਰੀਕਾ ਹੈ। ਕੇਜਰੀਵਾਲ, ਭਾਜਪਾ, ਕਾਂਗਰਸ, ਅਕਾਲੀ, ਇਹ ਸਾਰੇ ਇੱਕੋ ਹਮਾਮ ਵਿੱਚ ਇਸ ਮੁੱਦੇ ਤੇ ਨੰਗੇ ਹਨ ਤੇ ਉਹ ਇਹਨਾਂ ਸਾਰਿਆਂ ਨੂੰ ਹੀ ਬਲਾਤਕਾਰੀ ਅਤੇ ਸੌਦੇ ਸਾਧ ਨੇ ਆਪਣੇ ਹਮਾਮ ਵਿੱਚ ਨੰਗਾ ਕੀਤਾ ਹੋਇਆ ਜੀ। ਸਤਿੰਦਰਪਾਲ ਸਿੰਘ ਜੀ, ਬੰਦੀ ਸਿੱਖਾਂ ਦੀ ਰਿਹਾਈ ਬਾਰੇ ਮੋਰਚਾ ਲੱਗਾ ਹੋਇਆ ਅੱਜ, 31 ਮੈਂਬਰੀ ਲੋਕ ਇਨਸਾਫ ਮੋਰਚੇ ਨੇ ਉੱਥੇ ਜਾ ਕੇ ਗ੍ਰਿਫਤਾਰੀ ਦਿੱਤੀ। ਅੱਗੋਂ ਵੀ ਲੱਗਦਾ ਜੀ ਕਿ ਆਪਣਾ ਇਨਸਾਫ ਮੋਰਚਾ ਕੋਈ ਭਖੇਗਾ ਜਾਂ ਇੱਦਾਂ ਨਾਅਰੇਬਾਜ਼ੀ ਹੁੰਦੀ ਰਹੇਗੀ? ਦੇਖੋ, ਲੋਕ ਇਨਸਾਫ ਮੋਰਚਾ ਤਾਂ ਨਹੀਂ ਹੈਗਾ, ਉਹਨਾਂ ਨੇ ਨਾਂ ਦਿੱਤਾ ਆਪਣਾ ਕੌਮੀ ਇਨਸਾਫ ਮੋਰਚਾ। ਅੱਛਾ ਜੀ, ਤੇ ਕੌਮੀ ਇਨਸਾਫ ਮੋਰਚੇ ਵਿੱਚ ਉਹਨਾਂ ਨੇ ਮੁੱਦਾ ਸਿਰਫ ਆਪਣਾ ਇੱਕੋ ਬੰਦੀ ਸਿੰਘਾਂ ਦਾ ਰੱਖਿਆ ਹੋਇਆ, ਬਾਕੀ ਕੌਮ ਦੇ ਮੁੱਦੇ ਉਹ ਵੀ ਵਿਸਾਰ ਚੁੱਕੇ ਨੇ ਜੀ। ਉਹਨਾਂ ਦੇ 31 ਮੈਂਬਰਾਂ ਨੇ ਅੱਜ ਭਗਵੰਤ ਮਾਨ ਦੀ ਕੋਠੀ ਵੱਲ ਮਾਰਚ ਕੀਤਾ ਸੀ ਕਿ ਬਈ ਅਸੀਂ ਮੈਮੋਰੰਡਮ ਦਾਂਗੇ। ਉਹ ਨੈਚੁਰਲੀ ਸਾਰਿਆਂ ਨੂੰ ਪਤਾ ਹੀ ਸੀ ਕਿ ਚੰਡੀਗੜ੍ਹ ਪ੍ਰਸ਼ਾਸਨ ਉਹਨਾਂ ਨੂੰ ਰੋਕ ਲਏਗਾ, ਉਹਨਾਂ ਨੂੰ ਰੋਕ ਲਿਆ ਗਿਆ। ਇਹ ਸਾਰੀਆਂ ਚੀਜ਼ਾਂ ਬਾਕਾਇਦਾ ਸਾਰਿਆਂ ਦੇ ਗਿਆਨ ਵਿੱਚ ਆਉਂਦੀਆਂ ਨੇ, ਪਰ ਜਦੋਂ ਸੰਘਰਸ਼ ਮਿੱਥੇ ਜਾਂਦੇ ਨੇ ਤੇ ਸੰਘਰਸ਼ਾਂ ਦੀਆਂ ਇਹ ਪਹਿਲਾਂ ਵੀ ਹੋ ਜਾਂਦੀਆਂ ਨੇ, ਪਹਿਲ ਦੇ ਆਧਾਰ ਤੇ ਆ ਕੰਮ ਕੀਤੇ ਵੀ ਜਾਂਦੇ ਨੇ। ਇਸ ਮੁੱਦੇ ਨੂੰ ਲੈ ਕੇ ਸਿੱਖ ਕੌਮ ਵਿੱਚ ਹੁਣ ਬਹੁਤ ਵੱਡੀਆਂ ਮੰਡੀਆਂ ਵੀ ਪੈ ਚੁੱਕੀਆਂ ਨੇ ਅਤੇ ਇਸ ਮੁੱਦੇ ਨੂੰ ਲੈ ਕੇ ਬਹੁਤ ਜ਼ਿਆਦਾ ਭੁਲੇਖੇ ਵੀ ਖੜ੍ਹੇ ਹੋ ਚੁੱਕੇ ਨੇ, ਕਿਉਂਕਿ ਇਸ ਮੁੱਦੇ ਦੇ ਨਾਂ 'ਤੇ
हूँ जी भारतीय किसान यूनियन डकौंदा ग्रुप हैगा वह भी इस मुद्दे के नाते अपने आप न उभारना चाहती है। इस मुद्दे के आधार पर ही वो सारे पंथ दोखी भी इस मोर्चे पर मान सम्मान हासिल करते पे ने ते उन्हां नूं ही अपना एक रुतबा फिर बनाउण दी मुहिम चलाई जा रही है। ते इह जिहड़े मोर्चा चला रहे ने कौमी इंसाफ मोर्चा उन्हां दे सामने भी एक बहुत वड्डा निशाना आ गया है कि वह इस नूं कौमी इंसाफ वाले पासे किवें तोरनगे या किसान मोर्चे वांग ही रोल के रख देंगे जी। हुने तक तो जिन्ना कुछ भी हो रहा है उस तो नहीं लगता क्योंकि महीना लगभग पूरा हो गया है इस मोर्चे नूं ही। ते 7 तरीक नूं मोर्चा लगा सी 7 जनवरी नूं, आज 6 जनवरी हो गई है ते रिजल्ट हाले तक कोई भी सामने नहीं ने ते ना ही एजेंडे के लिए। भारतीय जनता पार्टी के प्रधान अश्विनी शर्मा होना ने भी एक बयान दिता जी इस संबंध में। उन्होंने वैसे बेअदबी कांड के दोषियों सजा देने की गल तो की है जी बड़े धड़ल्ले नाल, पर उन्होंने नाल दूसरे पन्ने जो बंदी सिखा की रिहाई की मामले की गल हुई तो उन्होंने कहा जी ये सियासी मामला है। तुसी फिर इस संदर्भ से इन्हें किवें लैंदे हो? एक तो कौमी इंसाफ मोर्चा हो गया तो एक भाजपा वाले। देखो हर पार्टी मैं तुहानू कहा कि इन्हां मुद्दियां नूं पंजाब विच वोटां बटोरन लई सिखां नूं गुमराह कर रहीआं ने ते आपो अपने मुफाद लई वरत रहीआं ने जी। ओह अश्विनी शर्मा जी ने अज कहा कि बई बैबल कला मोर्चे संबंधी के गुरु ग्रंथ साहिब जी दे बेअदबी करन वालिआं दीआं गिरफ्तारियां होणीआं चाहीदीआं ने जी। ओह ऐसा सीधा फिर अश्विनी शर्मा इह स्टैंड क्यों नहीं लैंदे क्योंकि सारिया रिपोर्टां विच बलात्कारी अते सौदे साध दा नाम वज रहा ते अश्विनी शर्मा फिर क्यों नहीं कहंदे कि पंजाब सरकार नूं जाके बागपत विच बरवाना विच सौदे साध की गिरफ्तारी करनी चाहीदी है पैरोल ते आ गया। ते अश्विनी शर्मा इस ते क्यों नहीं स्टैंड क्लीयर करदा कि उस दी भाजपा सरकार इहनूं बार बार पैरोल क्यों देंदी है, गाने रिलीज करन लई क्यों कहंदी है, उहदे लई उह सहायता क्यों देंदी है, की अजिहा हो सकता। अश्विनी शर्मा नूं इस ते भी अपना स्पष्टीकरण देना बनता ते चाहीदा ते है कि बैबल कला कमेटी भी ते पंथ भी इन्हां मुद्दियां ते इन्हां तों जवाबदेही मंगे। जिथों तक उन्हें बंदी सिंघां दे संबंधी च गल कही है वह भी बिल्कुल गलत कही है। उन्हें यह नहीं कहा कि बई यह सियासी मुद्दा, वह कह के पला झाड़दा कि बई यह एक कानूनी मुद्दा। मैं बड़ा स्पष्ट करना चाहुंदा कि कानूनी मुद्दे भी कानून के तहत सरकार नूं ही हल करने हुंदे हन। वो अपनी भाजपा सरकार विच स्टैंड ले प्रधानमंत्री नूं ते अमित शाह नूं जाके मिले कि जिवें तुसीं 14 कातल गुजरात दे छड्ड दित्ते ने, उन्हें छड्डे ही ने ना जी, वह भी तो बलात्कार अते मर्डर दे केस वाले ही ने। कानून मंत्री ते गृह मंत्री नूं कहना चाहीदा कि जिस ढंग ते तरीके नाल तुसीं गुजरात दे भाजपा वर्करां कातलां नूं तुसीं रिहाई दे दित्ती है, उसे ढंग नाल तुसीं सिखां नूं भी रिहाई दे दो क्योंकि उह भी सिख संघर्ष के नायक ने, देनी चाहिए है रिहाई। तो इन्हों मुद्या इन्हों ना तो मीडिया सवाल करता, साडा मीडिया भी बोधा हो चुका जी, सरकार भी कोई मेहनत नहीं करते, पढ़ते नहीं, समझते नहीं गलों, जो आ लीडर कह जाता बस उससे लकीर द फकीर। अजक चैनल इन्ने खुल गए ने, अखबार इनिया हो गई, सबन तड़क दियाँ भड़क दियाँ टी आर पी वाली खबर चाहदियाँ ने, बिना कोई सवाल जवाब किए। साड़ी पत्रकारी का म्यार इन्ना डिग चुका है कि बिना असी सवाल जवाब किए जो लीडर कह जाता उसनों अगे वाना अपना धर्म मान लिया क्योंकि उन्होंने तो इश्तहार मिलते हैं जी। बिल्कुल सरदार तेंद्रपाल सिंह जी, जरा पंजाब सरकार के विधायकों की गल कर लें जी, इतने जेडे चुन के आते हैं विधायक उन्होंने बारे च एक शर्त होंगी है कि एक जनवरी तो लैके 31 जनवरी तक अपन जायदादों के वेरवे अपना जमा करवाएंगे, पर इन्हां दे विचों 18 बंदे एम एल ए इहो जिहे ने
जिन्हां ने वेरवे जमा नहीं कराए, जे तुसी कहो तो मैं उन्होंने कुछ प्रमुख बंदियां दी नाम पढ़ के सुना दिया तुहानू। एक तो विरोधी पार्टी के जिहड़े लीडर ने कांग्रेस वालों विरोधी धिर दे कांग्रेस दी वालों धिर दे लीडर ने सरदार प्रताप सिंह बाजवा, सरदार तृप्त रजिंदर सिंह बाजवा, सरदार प्रगट सिंह ओलंपियन, सुख सरकारिया जी, अरुणा चौधरी जी, तो मौजूदा सेहत मंत्री आम आदमी पार्टी वालों डॉक्टर बलबीर सिंह, ये प्रमुख बंद शामिल ने जी जिहड़े 18 बंदियां ने जमा। तुहानू की लगता जी कि जे ये कानून घाड़े ही कानून दे नूं फॉलो नहीं करनगे तो गल किधर जाऊगी? देखो अजिही गल्लां बहुत वारी होंदियां ने, कई गल्लां ही चनगहलियां भी होंदियां ने, बंदे बाद ही जमा करा देंदे ने, ते कई गल्लां ही चाह हुंदा कि जानबूझ के जमा नहीं कराउंदे। हुण है तां विधानसभा दी क्योंकि कमेटी बनी हुई है, विधानसभा दा विशेषाधिकार है, विधानसभा दी कमेटी इन्हां तों कुछ पड़ताल करेगी कि भई इन्हां ने क्यों नहीं जमा कराए, पर मैं इन्हूं कोई इन्ना वड्डा इशू नहीं मानता। यह वड्डा इशू इस करके नहीं है क्योंकि इलैक्शन जिस वेले लड़ी दी है, हर विधानकार नूं चाहे MLA दी लड़े चाहे MP दी लड़े, उन्हों अपने जायदाद दे वेरवे समेत एफीडेविट चल अचल संपत्ति सारी जमा करवानी पैंदी है। यह जिहड़े हर साल जमा कराउण वाले ने, इस करके एक अखां विच कट्टा पाउण वाली प्रक्रिया हो जांदे ने कि भई किसी की जायदाद वधी या घटी, तो जायदादा वधदियां घटदियां रहनियां ने, इन्हां दे अपने बिजनेस भी हुंदे ने, होर भी सारा कुछ हुंदा, इन्हां दा तालुक करप्शन नाल नहीं हुंदा। अच्छा जी, हुण करप्शन किसी होर तरीके नाल सामने आउंदी है, इस तरीके नाल करप्शन कदे भी सामने नहीं आउंदी जी। करप्शन दे ढंग तरीके तो इहो जिहे ने कि एक जिहड़ा मंत्री बरखास्त करप्शन दे नां ते स्टिंग ओपरेशन करा के कराया सी, भगवंत मान ने खुद ओहदे नां ते ही कथित तौर ते कई माल कई शहरां च बंदे पए ने, ते इंज नहीं लभी जा सकदी जी करप्शन। ਠੀਕ ਸਤਿੰਦਰਪਾਲ ਸਿੰਘ ਜੀ, ਜਿਹੜਾ ਪੰਜਾਬ ਤੋਂ ਬਾਹਰ ਚੱਲਦੇ ਨੇ, ਜਿਵੇਂ ਇੰਝ ਲੱਗਦਾ ਜੀ ਪੰਜਾਬ ਨੂੰ ਨਿੱਤ ਦਿਨ ਕੋਈ ਨਾ ਕੋਈ ਇੱਥੇ ਵਿਵਾਦ ਹੋਣਾ ਹੀ ਹੁੰਦਾ, ਜਿਵੇਂ ਕਿਸਮਤ 'ਚ ਲਿਖਿਆ। ਹਿਮਾਚਲ ਪ੍ਰਦੇਸ਼ ਨੇ ਵੀ ਹੁਣ ਚੰਡੀਗੜ੍ਹ 'ਤੇ ਦਾਅਵਾ ਆਪਣਾ ਕਰਨਾ ਸ਼ੁਰੂ ਕਰ ਦਿੱਤਾ, ਇਹ ਕੀ ਗੱਲ? ਕੋਈ ਅਜੇ ਪੰਜਾਬ ਹਰਿਆਣਾ ਵਾਲੀ ਗੱਲ ਤਾਂ ਨਿਬੜੀ ਨਹੀਂ, ਇਹ ਵਿੱਚ ਤੀਸਰੀ ਧਿਰ ਆ ਕੇ ਬਹਿ ਗਈ, ਇਹਨੂੰ ਤੁਸੀਂ ਕਿਵੇਂ ਲੈਂਦੇ? ਇਹ ਸਾਰੀ ਕੇਂਦਰ ਸਰਕਾਰ ਦੀਆਂ ਹੀ ਨੀਤੀਆਂ ਨੇ ਜੀ, ਉੱਥੋਂ ਹੀ ਸਾਰਾ ਕੁਛ ਚੱਲਦਾ, ਅਤੇ ਪੰਜਾਬ ਪ੍ਰਤੀ ਇਹਨਾਂ ਸਾਰਿਆਂ ਦੀ ਦੁਰਭਾਵਨਾ ਪ੍ਰਗਟ ਹੁੰਦੀ ਹੈ। ਮੈਂ ਤਾਂ ਵੈਸੇ ਹੁਣ ਇਸ ਨਜ਼ਰੀਏ ਦਾ ਤੁਹਾਨੂੰ ਸਾਰਿਆਂ ਨੂੰ ਮੇਰੇ ਦਰਸ਼ਕਾਂ ਨੂੰ ਵੀ ਇਹ ਗੱਲ ਚੁੱਭੇਗੀ ਕਿ ਚੰਡੀਗੜ੍ਹ ਇੱਕ ਚਿੱਟਾ ਹਾਥੀ ਬਣ ਚੁੱਕਾ। ਅੱਛਾ ਜੀ, ਇਸ ਚਿੱਟੇ ਹਾਥੀ ਵਿੱਚੋਂ ਸਾਰੇ ਜਣੇ ਆਪੋ ਆਪਣਾ ਹਿੱਸਾ ਮੰਗਦੇ ਪਏ ਨੇ। ਪੰਜਾਬੀਆਂ ਨੂੰ ਹੁਣ ਇਹ ਚਾਹੀਦਾ ਸਟੈਂਡ ਲੈਣ, ਨਿੱਗਰਵਾਂ ਸਟੈਂਡ ਲੈਣ, ਉਹ ਕਹਿਣ ਕਿ ਜਿਹੜੇ ਪੰਜਾਬ ਦੇ ਹਿੱਸੇ ਵਿੱਚੋਂ ਕੱਟ ਕੇ ਹਰਿਆਣਾ ਔਰ ਹਿਮਾਚਲ ਬਣਾਇਆ ਗਿਆ ਸੀ ਉਹ ਪੰਜਾਬ ਨੂੰ ਵਾਪਸ ਕਰ ਦਿੱਤਾ ਜਾਏ, ਅਤੇ ਹਰਿਆਣਾ ਔਰ ਅਤੇ ਹਿਮਾਚਲ ਦੇ ਜਿਹੜੀ ਹਿੱਸੇਦਾਰੀ ਫਿਰ ਚੰਡੀਗੜ੍ਹ ਦੀ ਬਣਦੀ ਹੈ ਉਹ ਅਸੀਂ ਉਹਨੂੰ ਦੇ ਦਾਂਗੇ। ਤੁਹਾਨੂੰ ਮੋੜਵਾਂ ਜਵਾਬ ਦੇਣਾ ਆਉਣਾ ਚਾਹੀਦਾ। ਗੱਲ ਸਮਝ ਨਹੀਂ ਆਏਗੀ ਕਿਸੇ ਵੀ ਦਰਸ਼ਕ ਦੇ, ਕਿਉਂਕਿ ਅਕਲ ਦੀ ਗੱਲ ਜਿਸ ਵੇਲੇ ਕੀਤੀ ਜਾਏ ਉਹ ਪੰਜਾਬੀਆਂ ਨੂੰ ਘੱਟ ਸਮਝ ਆਉਂਦੀ ਹੈ। ਪੰਜਾਬ ਦੇ ਵਿੱਚੋਂ ਜਿਹੜੇ ਹਿੱਸੇ ਕੱਟ ਕੇ, ਮੈਂ ਫਿਰ ਰਿਪੀਟ ਕਰ ਰਿਹਾ, ਸਟੈਂਡ ਲੈਣ ਹੁਣ ਪੰਜਾਬੀ, ਬੜੇ ਤਮਾਸ਼ੇ ਹੋ ਗਏ। ਪੰਜਾਬੀ ਕਹਿਣ ਠੀਕ ਹੈ ਜੀ, ਅਸੀਂ ਚੰਡੀਗੜ੍ਹ ਦੇ ਜਿਹੜੇ ਜਿਹੜੇ ਜਿਹਦਾ ਜਿਹਦਾ ਦਾਅਵਾ ਬਣਦਾ ਅਸੀਂ ਦੇਣ ਨੂੰ ਤਿਆਰ ਹਾਂ, ਪਰ ਉਹ ਦੇਣ ਤੋਂ ਪਹਿਲਾਂ ਜਿਹੜਾ ਪੰਜਾਬ ਨੂੰ ਵੱਢ ਟੁੱਕ ਕੇ ਪੰਜਾਬ ਦੀ ਧਰਤੀ ਦੇ ਹਿੱਸਿਆਂ ਵਿੱਚੋਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਬਣਾਇਆ ਗਿਆ ਸੀ ਉਹ ਪਹਿਲਾਂ ਤੁਸੀਂ ਪੰਜਾਬ ਨੂੰ ਵਾਪਸ ਦੇ ਦਿਓ ਅਤੇ ਅਸੀਂ ਚੰਡੀਗੜ੍ਹ ਇਹਨਾਂ ਨੂੰ ਸੌਂਪ ਦਾਂਗੇ। ਇਹ ਮੁੱਦਾ ਤੁਹਾਨੂੰ ਚੁੱਕਣਾ ਪੈਣਾ। ਚਲੋ, ਇੱਕ ਸੁਖਦਾਈ ਖਬਰ ਕਰ ਲੈਂਦੇ ਹਾਂ ਜੀ। ਕੈਨੇਡਾ ਦੇ ਵਿੱਚ ਕਾਮਾਗਾਟਾ ਮਾਰੂ ਜਹਾਜ਼ ਦਾ ਇੱਕ ਬੜਾ ਵੱਡਾ ਮੁੱਦਾ ਉੱਠਿਆ ਸੀ ਕਿਸੇ ਵੇਲੇ, ਉਹਦੇ ਨਾਲ ਸਾਡੇ ਆਜ਼ਾਦੀ ਘੁਲਾਟੀਆਂ ਦੀਆਂ ਯਾਦਾਂ ਜੁੜੀਆਂ ਹੋਈਆਂ। ਉਹਨਾਂ ਨੇ ਮਾਫ਼ੀ ਤਾਂ ਚਲੋ ਜਿਹੜੀ ਉਹਨਾਂ ਨੇ ਮੰਗੀ ਵੀ ਸੀ ਇਸ ਮੁੱਦੇ ਦੇ ਉੱਤੇ, ਉਹਨਾਂ ਨੇ ਇੱਕ ਸੜਕ ਦਾ ਨਾਂ ਹੀ ਕਾਮਾਗਾਟਾ ਮਾਰੂ ਰੱਖ ਦਿੱਤਾ।
कि साड़ी सरकार दा लोकतंत्र भी इस तरीके दा कोई कदम उठा सकता है? साड़ी सरकार दा लोकतंत्र तां जी हिंदू तो राष्ट्रवाद अते देश नूं हिंदू राष्ट्र घोषित करन दा बड़ा वड्डा कदम चुक रहा है जी। तो उस दे नाल नाल साडे प्रधानमंत्री बजट ने के हिंदू संविधान बना देना उन्होंने, तो जब साडा राष्ट्र लोकतंत्र विच एक पुरखी धर्म आधारित राष्ट्र विच तब्दील हो रहा, तो उत्थे पूरी दुनिया उत्थे लोकतंत्र का कतल कर दी भारत नूं देख रही है, तो उस दे ना तां दुनिया बोलदी है ना भारतीय लोगों नूं चिंता है, तो साडे राष्ट्र दी ते तुसीं गल ही ना करो। जिहड़ी गल कनेडा वालियां दी उन्होंने कामा काटा मारू ते माफ़ी भी मंगी सी, उन्होंने हुण अपनी इक स्ट्रीट सड़क का नाम भी रख दिता, बड़े स्वागत योग गल हैगी है। तो कामा काटा मारू के संबंध च मैं दस देना चाहना, लगभग पौने कु 600-578 के करीब यात्री मन्ने जाते सी, जिदे 14 मुसलमान सी ते 6-8 हिंदू सी, बाकी सारे सिख सन। ਇਹ ਵੀ ਚੰਗੇ ਭਵਿੱਖ ਲਈ ਕਨੇਡਾ ਗਏ ਸਨ ਅਤੇ ਕਨੇਡੀਅਨ ਨੇ ਇਹਨਾਂ ਨੂੰ ਵਾਪਸ ਭੇਜ ਦਿੱਤਾ ਸੀ ਉਸੇ ਜਹਾਜ਼ 'ਚ, ਜਾਪਾਨੀ ਜਹਾਜ਼ ਸੀ ਉਸੇ 'ਚ ਇਹਨਾਂ ਨੇ ਵਾਪਸ ਭੇਜ ਦਿੱਤਾ ਸੀ। ਜਿਸ ਵੇਲੇ ਵਾਪਸ ਆਏ ਅਤੇ ਈਸਟ ਇੰਡੀਆ ਕੰਪਨੀ ਨੇ ਇਹਨਾਂ ਨੂੰ ਡਿਕਲੀਅਰ ਕੀਤਾ ਕਿ ਇਹ ਖਾੜਕੂ ਨੇ, ਅਤੇ ਉਹਨਾਂ ਨੇ ਇਹਨਾਂ 'ਤੇ ਗੋਲੀਬਾਰੀ ਚਲਾ ਦਿੱਤੀ ਅਤੇ ਗ੍ਰਿਫਤਾਰੀਆਂ ਕੀਤੀਆਂ। ਇਹ ਸਾਰਾ ਮੁੱਦਾ ਕਾਮਾ ਗਾਟਾ ਮਾਰੂ ਜਹਾਜ਼ ਦਾ, ਅਤੇ ਇਸ ਮੁੱਦੇ 'ਤੇ ਭਾਰਤ ਵਿੱਚ ਵੀ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਅਤੇ ਸਿੱਖਾਂ ਨੂੰ ਤਾਂ ਕਹਿ ਲਓ ਉਦੋਂ ਦਾ ਹੀ ਇਨਸਾਫ ਨਹੀਂ ਮਿਲਿਆ ਜਦ ਉਹਦਾ ਕਾਮਾ ਗਾਟਾ ਮਾਰੂ ਕਾਂਡ ਵਾਪਰਿਆ, ਅਤੇ ਸਿੱਖਾਂ ਨੂੰ ਤਾਂ ਮੈਂ ਕਹਾਂਗਾ ਉਸ ਤੋਂ ਵੀ ਪਹਿਲਾਂ ਤੋਂ ਇਨਸਾਫ ਕਦੇ ਨਹੀਂ ਮਿਲਿਆ, 1849 ਦਾ ਵੀ ਇਨਸਾਫ ਨਹੀਂ ਮਿਲਿਆ। ਅਤੇ ਸਿੱਖ ਕੌਮ ਹਮੇਸ਼ਾ ਹੀ ਬੇਇਨਸਾਫੀ ਦਾ ਸ਼ਿਕਾਰ ਰਹੀ ਹੈ, ਅਤੇ ਸਿੱਖ ਲੀਡਰਸ਼ਿਪ ਉਸ ਦਾ ਜਜ਼ਬਾਤੀ ਫਾਇਦਾ ਚੁੱਕ ਕੇ ਸਿੱਖਾਂ ਤੋਂ ਅੰਦੋਲਨ ਕਰਵਾਉਂਦੇ ਰਹੇ ਨੇ, ਅਤੇ ਆਪ ਸੱਤਾ ਵਿੱਚ ਆ ਕੇ ਮੰਤਰੀ ਬਣ ਕੇ ਮੁੱਖ ਮੰਤਰੀ ਬਣ ਕੇ ਸਾਰਾ ਕੁਛ ਭੁਲਾਉਂਦੇ ਰਹੇ ਨੇ। ਸਿੱਖਾਂ ਦੀ ਅਸਲ ਗਾਥਾ ਇਹੀ ਹੈ ਜੀ। ਸੋ ਇਹ ਦਰਸ਼ਕੋ, ਇਹ ਸੀ ਬੁਲੇਟ ਟੂ ਬੁਲੇਟ ਪ੍ਰੋਗਰਾਮ, ਜਿਹੜਾ ਕਿ ਤੁਹਾਡੇ ਵੱਲੋਂ ਭੇਜੇ ਗਏ, ਤੁਹਾਡੇ ਵੱਲੋਂ ਤਿਆਰ ਕੀਤੇ ਗਏ ਸਵਾਲਾਂ ਤੋਂ ਹੀ ਸਤਿੰਦਰਪਾਲ ਸਿੰਘ ਜੀ ਆਪਣੇ ਤਜਰਬੇ ਦੇ ਆਧਾਰ 'ਤੇ ਤਬਸਰਾ ਕਰਦੇ ਨੇ। ਆਓ ਕੱਲ੍ਹ ਨੂੰ ਫਿਰ ਮਿਲਾਂਗੇ, ਇਸ ਵਿਦਾਇਗੀ ਲੈਂਦੇ ਹੋਏ ਫਤਿਹ ਦੀ ਸਾਂਝ ਪਾਉਂਦੇ ਹਾਂ। ਸਿੰਘ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।